ਕਿੰਨੇ ਦਿਨ ਹੋ ਗਏ ਆ, ਗੱਲ ਨਹੀਂ ਹੁੰਦੀ ਇਹਨਾਂ ਨਾਲ। ਘੱਟੋ ਘੱਟ ਬੰਦਾ ਇੱਕ ਮੈਸੇਜ ਹੀ ਕਰਦੇ। ਇੱਦਾਂ ਕਰਨੀ ਆ, ਇੱਕ ਵਾਰੀ ਫਿਰ ਫੋਨ ਲਾ ਕੇ ਵੇਖ ਲੈਂਦੀ ਹਾਂ। ਪੁੱਤ ਮੇਰੀ ਤਾਂ ਕੋਈ ਗੱਲ ਨਹੀਂ, ਜਾ ਜੋਤ ਲਾਗੇ ਜਾ, ਉਹਨੂੰ ਹੌਂਸਲਾ ਦੇ ਥੋੜ੍ਹਾ ਬਹੁਤਾ। ਕੋਈ ਨਹੀਂ, ਮੈਂ ਜਾਂਦੀ ਹਾਂ ਉਹਦੇ ਵੱਲ ਵੀ। ਜਾਓ ਫਿਕਰ 'ਚ ਵਾ, ਉੱਠੋ ਤਾਂ ਤੁਸੀਂ, ਬਸ ਹੁਣ ਇੱਥੇ ਮੰਜੇ 'ਤੇ ਬੈਠੇ ਇੱਕੇ ਗੱਲ ਦੀ ਟੈਨਸ਼ਨ ਲਈ ਜਾਂਦੇ ਆ। ਉਹ ਅੱਗੇ ਵੀ ਤਾਂ ਯਾਰ ਚਾਰ ਚਾਰ ਦਿਨ ਕਰਦਾ ਨਹੀਂ ਗਾ ਹੁੰਦਾ, ਚਲੋ ਕੋਈ ਗੱਲ ਨਹੀਂ, ਕਿਤੇ ਕੰਮ ਗਿਆ ਹੋਊਗਾ। ਮੈਂ ਤਾਂ ਸਮਝਾਉਂਦੀ ਹਾਂ, ਪਰ ਉਹਨਾਂ ਦੇ ਸਮਝਣ ਵਿੱਚ ਗੱਲ ਆਉਣ ਨਹੀਂ ਦਈ। ਉਹ ਡੈਡੀ ਜੀ, ਹੁਣ ਤਾਂ ਹੌਂਸਲਾ ਹੀ ਦੇਣਾ ਵਾ ਇੱਕ ਦੂਜੇ ਨੂੰ। ਉਹ ਲਵਲੀ, ਉਹ ਤਾਂ ਗੱਲ ਤੇਰੀ ਠੀਕ ਆ, ਤੇਰੀ ਮੰਮੀ ਬੜਾ ਫਿਕਰ ਕਰਨ ਡਈ ਆ, ਤੇ ਜਾਂ ਮੇਰਾ ਪੁੱਤ ਨੂੰ ਹੌਂਸਲਾ ਦੇ। ਮੇਰੀ ਸੁਣੋ ਗੱਲ, ਜਦੋਂ ਮੇਰੇ ਨਾਲ ਗਿਆ ਵਾ ਨਾ, ਮੈਂ ਹੀ ਚੜਾ ਕੇ ਆਇਆ, ਹੋਰ ਤਾਂ ਨਹੀਂ ਗਿਆ ਕੋਈ ਵੀ ਨਾਲ। ਹੁਣ ਤਾਂ ਨਹੀਂ ਗਾ ਤੁਹਾਨੂੰ ਕਿਸੇ ਨੂੰ ਵੀ ਆਉਣਾ, ਲਈ ਜਾਓ ਟੈਨਸ਼ਨ ਜਿੰਨੀ ਕੁ ਲੈਣੀ। ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਣ ਡਈ ਵੀ ਜੋਤ ਨੂੰ ਕਿੱਦਾਂ ਕੱਢਾਂਗੇ ਬਾਹਰ। ਇੱਦਾਂ ਕਰਨਾ, ਮੰਮੀ ਨੂੰ ਕੋਈ ਬਹਾਨਾ ਲਾਉਣਾ ਜਿਹੜਾ ਇਹ ਆਪ ਹੀ ਘਰੋਂ ਕੱਢ ਦੇਣ। ਮੈਂ